ਅਤੇ ਅੱਜ ਇਹ ਵੀਡੀਓ ਦੇ ਵਿੱਚ ਮੈਂ ਦੱਸਾਂਗਾ ਮੇਰੇ ਆਈਫੋਨ 6 ਦੀ ਜਰਨੀ, ਮਤਲਬ ਮੈਂ ਕਦੋਂ ਲਿਆ ਅਤੇ ਹੁਣ ਕਦੋਂ ਵੇਚਣਾ ਵਾਂ, ਅਤੇ ਮਤਲਬ ਕਿ ਕਿੰਨਾ ਕਿੰਨੇ ਦਾ ਲਿਆ, ਕਿੱਥੋਂ ਲਿਆ, ਅਤੇ ਮਤਲਬ ਕਿਸ ਤਰ੍ਹਾਂ, ਮਤਲਬ ਹੁਣ ਸਾਰਾ ਕੁਛ ਅੱਜ ਦੀ ਇਸ ਵੀਡੀਓ ਦੇ ਵਿੱਚ ਵੇਖਣ ਨੂੰ ਮਿਲੂਗਾ। ਵੈਲਕਮ ਬੈਕ ਚੰਗਾ ਦੇ ਸਭ ਤੋਂ ਸਾਰੇ ਘੈਂਟ ਹੋ, ਅਤੇ ਵੀਡੀਓ ਨੂੰ ਕਰਦੇ ਹਾਂ ਸਟਾਰਟ। ਅਤੇ ਯਾਰ ਇਹ ਗੱਲ ਹੈਗੀ ਆ 1984 ਦੀ, ਨਹੀਂ ਯਾਰ ਸੀਰੀਅਸ, ਅਤੇ ਯਾਰ ਇਹ ਗੱਲ ਹੈਗੀ ਆ 2018 ਦੀ। ਮੈਂ 10th ਤੋਂ ਗਿਆ ਹਾਂ ਓਪਨ ਕਰਨ, ਅਤੇ ਮਤਲਬ ਕਿ ਸਾਡੇ ਥੱਲੇ ਰਹਿੰਦੇ ਸੀਗੇ ਦਿੱਲੀ ਦੇ, ਆਪਾਂ ਰਹਿੰਦੇ ਹੁੰਦੇ ਹਾਂ, ਅਤੇ ਆਪਣੇ ਮਤਲਬ ਕਿ ਥੱਲੇ ਫਸਟ ਫਲੋਰ 'ਤੇ ਅਸੀਂ ਰਹਿੰਦੇ ਹਾਂ, ਸੈਕਿੰਡ ਫਲੋਰ 'ਤੇ, ਅਤੇ ਫਸਟ ਫਲੋਰ 'ਤੇ ਸਾਡੇ ਰਹਿੰਦੇ ਸੀਗੇ ਕੁਛ ਗੁਆਂਢੀ ਮੰਨ ਸਕਦੇ, ਅਤੇ ਉਹਨਾਂ ਕੋਲ ਹੈਗਾ ਸੀਗਾ MI ਨੋਟ 6 ਪ੍ਰੋ, ਹੈ ਨਾ, ਜਿਹੜਾ ਕਿ ਮਤਲਬ ਫਰੰਟ ਅਤੇ ਬੈਕ ਤੋਂ ਇਸ ਤਰ੍ਹਾਂ ਦੇਖਦਾ ਹੈ, ਤੁਸੀਂ ਵੀਡੀਓ ਦੇ ਫੋਟੋ 'ਤੇ ਦੇਖ ਸਕਦੇ ਹੋ। ਐਂਡ ਅਤੇ ਮੇਰਾ ਯਾਰ, ਮੈਨੂੰ ਉਹਨਾਂ ਦਾ ਸ਼ੌਂਕ ਸੀਗਾ ਆਈਫੋਨ ਐਕਸ ਦਾ, ਉਦੋਂ ਜ਼ਿਆਦਾ ਆਈਫੋਨ ਐਕਸ ਦਾ ਟਰੈਂਡ ਚੱਲਦਾ ਸੀ, ਹੈ ਨਾ, ਜਦੋਂ ਮਤਲਬ ਕਿ ਫੋਨ ਲੈਣਾ ਸੀਗਾ ਆਈਫੋਨ 6, ਅਤੇ ਮੈਂ ਸੋਚਿਆ MI ਨੋਟ 6 ਪ੍ਰੋ ਲੈਣਾ, ਪਿੱਛੇ ਨਾ ਮੈਂ ਇਹਦੇ ਲੈਮੀਨੇਸ਼ਨ ਕਰਕੇ ਨਾ, ਅਤੇ ਇਹਨੂੰ ਪਿੱਛੋਂ ਮਤਲਬ ਹੁਣ ਆਈਫੋਨ ਐਕਸ ਵਰਗਾ ਦਿਖਦਾ ਹੈ, ਜਦੋਂ ਆਈਫੋਨ ਐਕਸ ਨਵਾਂ ਨਵਾਂ ਲਾਂਚ ਹੋਇਆ ਸੀਗਾ, ਬੜਾ ਪਾਗਲਪਨ ਸੀ, ਕਰੇਜ਼ ਸੀਗਾ ਆਈਫੋਨ ਦਾ ਮੈਨੂੰ ਵੀ, ਅਤੇ ਉੱਥੇ ਜਿੰਨੇ ਮੇਰੇ ਯਾਰ ਦੋਸਤ ਹੈ ਸਾਰਿਆਂ ਨੂੰ। ਅਤੇ ਫਿਰ ਮੈਂ ਸੋਚਿਆ ਪਿੱਛੇ ਲੈਮੀਨੇਸ਼ਨ ਕਰ ਦਾਂਗੇ ਅਤੇ ਆਈਫੋਨ ਐਕਸ ਬਣ ਜੂਗਾ, ਵਿੱਚ ਲਾਂਚਰ ਪਾ ਦਾਂਗੇ ਆਈਫੋਨ ਐਕਸ ਵਾਲੇ, ਅਤੇ ਫਿਰ ਕੀ ਹੋਇਆ, ਉਹ ਵੀ ਇੰਨੇ ਕੁ ਦਾ ਮਿਲਦਾ ਸੀ ਯਾਰ ਜਿੰਨੇ ਦਾ ਨਾ ਲਿਆ ਵਾ, ਅਤੇ ਆਈਫੋਨ 6। ਐਂਡ ਮਤਲਬ ਕਿ ਫਿਰ ਡੈਡੀ ਕਹਿੰਦੇ ਕਿ ਡੈਡੀ ਨੂੰ ਮਤਲਬ ਕਿ ਮੇਰੇ ਨੂੰ ਬੜਾ ਸ਼ੌਕ ਹੈ ਆਈਫੋਨ ਦਾ, ਡੈਡੀ ਨੇ ਆਈਫੋਨ 5S ਲਿਆ ਸੀ, ਅਤੇ ਮਤਲਬ 3 ਮਹੀਨੇ ਚਲਾਇਆ ਅਤੇ ਉਹ ਗਵਾਚ ਗਿਆ, ਗਵਾਚ ਕੇ ਕਿੱਦਾਂ ਯਾਰ ਭੁੱਲ ਕੇ ਕਿਤੇ ਹੋਟਲ 'ਚ ਰੁਕੇ ਹੋਣੇ ਆ ਰੋਟੀ ਵਗੈਰਾ ਖਾਣ ਵਾਸਤੇ, ਅਤੇ ਉੱਥੇ ਮਤਲਬ ਚੇਤਾ ਭੁੱਲ ਗਿਆ ਆਈਫੋਨ ਦਾ ਰੱਖੇ, ਅਤੇ ਬਾਅਦ 'ਚੋਂ ਗਏ ਵਾਪਿਸ ਅਤੇ ਨਹੀਂ ਮਿਲਿਆ, ਪੈਸੇ ਬਰਬਾਦ। ਨਵਾਂ ਲਿਆ ਸੀਗਾ ਯਾਰ ਆਈਫੋਨ 5S, ਅਤੇ ਮਤਲਬ ਉਦੋਂ ਸ਼ੌਕ ਬੜਾ ਸੀਗਾ ਡੈਡੀ ਨੂੰ ਵੀ ਮੇਰੇ ਨੂੰ, ਡੈਡੀ ਆਉਂਦੇ ਮੇਰੇ 10th ਦੇ ਪੇਪਰ ਚੱਲਦੇ ਸੀ, ਅਤੇ ਡੈਡੀ ਆਉਂਦੇ ਕਿ ਤੂੰ ਪੇਪਰ ਦੇ ਕੇ ਆ, ਲਾਸਟ ਪੇਪਰ ਸੀ, ਮੈਂ ਪੇਪਰ ਦੇ ਕੇ ਆਇਆ, ਅਤੇ ਮਤਲਬ ਮੈਂ ਆਪਣੇ ਪਿੱਛੇ ਦੋਸਤ ਸੀਗਾ ਇੱਕ, ਉਹਨੂੰ ਵੀ ਨਹੀਂ ਵੇਖਿਆ, ਮੈਂ ਫਟਾਫਟ ਮੈਟਰੋ ਦੇ 'ਚ ਬੈਠਾ, ਸੈਂਟਰ ਪੈ ਗਿਆ ਕਿਤੇ ਦੂਰ, ਮੈਟਰੋ ਦੇ 'ਚ ਫਟਾਫਟ ਬੈਠਾ, ਅਤੇ ਮੈਂ ਫਿਰ ਆਇਆ ਘਰ, ਅਤੇ ਮੈਂ ਵੇਖ ਇੱਕ ਸਪੇਅਰ ਚਾਬੀ ਹੁੰਦੀ, ਉਦੋਂ ਕੋਈ ਵੀ ਨਹੀਂ ਆਇਆ ਘਰ, ਉਦੋਂ ਸਾਰੇ ਗਏ ਸੀਗੇ ਲੈਣ ਵਾਸਤੇ, ਮਤਲਬ ਸਾਰੇ ਚਲ ਗਏ ਇੱਕ ਫੋਨ ਲੈਣ ਵਾਸਤੇ, ਅਤੇ ਮਤਲਬ ਕਿ ਫਿਰ ਮੈਂ ਘਰ ਆਇਆ ਅਤੇ ਵੇਖਿਆ ਤਾਲਾ ਲੱਗਾ, ਗਰਮੀਆਂ ਦੇ ਦੇਣੇ ਸੀਗੇ ਯਾਰ, ਹੁਣ ਵੀ ਵੈਸੇ ਬੜੀ ਗਰਮੀ ਹੋ ਗਈ ਹੈ, ਗਰਮੀ ਵਾਲਾ ਮੌਸਮ ਆ ਗਿਆ ਹੁਣ। ਅਤੇ ਬਾਕੀ ਮੈਂ ਘਰ ਆਇਆ, ਚਾਬੀ ਖੋਲ੍ਹੀ, 5:30 ਘਰ ਆਇਆ ਹੁਣ ਸ਼ਾਮੀ, ਅਤੇ ਫਿਰ ਮੈਂ 7 ਤੱਕ ਇਸ ਤਰ੍ਹਾਂ ਬੈਠਾ ਰਿਹਾ ਇਕੱਲਾ ਹੀ, 7 ਫਿਰ ਘਰ ਆਏ, ਅੱਧਾ ਘੰਟਾ ਮੈਂ ਫੋਨ ਚਲਾਇਆ, ਅਤੇ ਉੱਦਾਂ ਮੈਨੂੰ ਜ਼ਿਆਦਾ ਆਈਫੋਨ ਦੀ ਮੈਨੂੰ ਉੱਦਾਂ ਨੌਲੇਜ ਨਹੀਂ ਹੈਗੀ ਜ਼ਿਆਦਾ, ਇੰਨਾ ਪਤਾ ਸੀਗਾ 6 ਆ, ਇਹ ਵੀ ਨਹੀਂ ਯਾਰ ਬੜਾ ਘੱਟ ਪਤਾ ਸੀ, ਮਤਲਬ ਕਿ ਤਰ੍ਹਾਂ ਮਤਲਬ ਅੰਦਰੋਂ ਕੀ ਸਿਸਟਮ, ਮੈਨੂੰ ਕੁਛ ਨਹੀਂ ਹੈਗਾ ਪਤਾ, ਬਸ ਮੈਂ ਕਿਸੇ ਦਾ ਹੱਥ ਨਾ ਵੇਖਿਆ ਹੈਗਾ ਆਪਣੇ ਰਿਸ਼ਤੇਦਾਰ ਨੂੰ ਹੁੰਦਾ ਹੈਗਾ ਆਈਫੋਨ 6S, ਮੈਨੂੰ ਨਹੀਂ ਪਤਾ ਕਿ 6 ਆ ਕਿ 6S, ਇੰਨਾ ਵੀ ਨਹੀਂ ਮੈਨੂੰ ਪਤਾ S6 ਆ 6+, ਮੈਂ ਬਸ ਡੈਡੀ ਨੂੰ ਕਿਹਾ 6 ਲੈ ਕੇ ਆਇਓ, ਕਿਹਾ ਮੈਂ 64 GB ਮਗਰ ਮਿਲਿਆ 32 GB, ਇਹ ਮਿਲਿਆ ਯਾਰ ਮੈਨੂੰ 12,000 ਦਾ ਪਿਆ ਸੀਗਾ, ਮੈਨੂੰ ਨਹੀਂ ਡੈਡੀ ਨੂੰ। ਅੱਧਾ ਘੰਟਾ ਮੈਂ ਚਲਾਇਆ, ਅਤੇ ਫਿਰ ਵਿੱਚ ਕੁਛ ਵੀ ਡਾਊਨਲੋਡ ਨਹੀਂ ਹੁੰਦਾ ਨਾ, ਵੇਖਿਆ ਤਾਂ ਬਿਨਾਂ ਐਪਲ ਆਈ ਡੀ ਤੋਂ ਕੁਛ ਵੀ ਵਿੱਚ ਡਾਊਨਲੋਡ ਨਹੀਂ ਹੁੰਦਾ ਆਈਫੋਨ ਦੇ ਵਿੱਚ। ਫਿਰ ਮੈਂ ਗਿਆ ਰਾਤ ਦੇ 7:45 ਪਤਾ ਨਹੀਂ 8 ਮੈਂ ਚੱਲ ਗਿਆ ਹਾਂ ਦੁਕਾਨ 'ਤੇ, ਉੱਥੋਂ ਮੈਂ ਐਪਲ ਆਈ ਡੀ ਬਣਵਾਈ, 450 ਲੱਗਾ, ਅਤੇ ਫਿਰ ਸਾਰਾ ਕੁਛ ਡਾਊਨਲੋਡ ਹੋਣ ਲੱਗ ਪਿਆ, ਐਂਡ ਫਿਰ ਮੈਂ ਬੜਾ ਖੁਸ਼। ਫਿਰ ਮੈਂ ਅਗਲੇ ਦਿਨ ਗਿਆ, ਮੇਰੇ ਦਾ ਕਵਰ ਵਗੈਰਾ ਲੈ ਕੇ ਆਇਆ, ਅਤੇ ਉੱਦਣ ਮੈਂ ਇੱਕ ਸੈਲਫੀ ਲਈ ਸੀ, ਫਸਟ ਸੈਲਫੀ ਹੁਣ ਆਈਫੋਨ 6, ਇੱਦਾਂ ਕਰਕੇ ਮੈਂ ਰੋਡ 'ਤੇ ਮਤਲਬ ਤੁਰਿਆ ਆਉਂਦੇ ਤਿੱਤਰ ਮੈਂ ਸੈਲਫੀ ਲਈ। ਕਹਿੰਦਾ ਯਾਰ ਦਿਨ ਬੀਤਦੇ ਗਏ ਮੈਨੂੰ ਕਵਰਾਂ ਦਾ ਬੜਾ ਸ਼ੌਂਕ ਸੀਗਾ, ਉੱਥੇ ਮੈਂ ਕਵਰ ਲੈਣ ਗਿਆ, ਅਤੇ ਮਤਲਬ ਕਿ ਕਵਰ ਮੈਂ ਘਰ ਲਿਆਂਦਾ, ਘਰ ਵੀ ਨਹੀਂ ਲਿਆਂਦਾ, ਬਾਹਰੇ ਸੜਕ 'ਤੇ ਹੀ, ਮੈਨੂੰ ਯਾਰ ਮੈਂ ਖਰੀਦ ਲਿਆ ਹੈਗਾ, ਮਤਲਬ ਕਿ ਮੈਂ ਫਿਰ ਮੈਨੂੰ ਸੋਹਣਾ ਨਹੀਂ ਲੱਗਾ ਕਵਰ, ਮੈਂ ਉੱਥੇ ਹੀ ਲਾ ਕੇ ਨਾਲ ਹੀ ਸੁੱਟਤਾ, 100 ਬਰਬਾਦ, ਮਤਲਬ ਕਿ ਹਜੇ ਵੀ 3 ਸਾਲ ਮੇਰੇ ਖਿਆਲ ਨਾਲ 4 ਹੀ ਹੋ ਚੱਲੇ ਨੇ, 2018 'ਚ ਲਿਆ, 18, 19, 20, 21, 22, ਹੈ ਨਾ, ਤੁਹਾਡੇ ਸਾਹਮਣੇ 4 ਹੋ ਗਏ ਨੇ, 4-5 ਹੋ ਗਏ ਨੇ। ਇਹ ਲਿਆ ਸੀਗਾ ਮੈਂ ਜੁਲਾਈ 'ਚ ਲਿਆ ਸੀਗਾ, ਪਤਾ ਨਹੀਂ ਜੂਨ 'ਚ ਲਿਆ ਸੀ, ਇੱਥੇ ਕਿਤੇ ਲਿਆ ਸੀ, 4-5 ਹੋ ਚੱਲੇ ਨੇ, ਤਾਂ ਵੀ ਮਤਲਬ ਕਿ ਫੋਨ ਓਵਰਆਲ ਬੜਾ ਵਧੀਆ ਚੱਲਦਾ ਯਾਰ। ਬਸ ਇਹ ਆ ਕਿ ਜਦੋਂ ਵੀ ਤੁਹਾਡਾ ਆਈਫੋਨ ਕੋਈ ਵੀ ਖਰਾਬ ਹੁੰਦਾ, ਹੈ ਨਾ, ਨਿੱਕਾ ਵੱਡਾ, ਮਤਲਬ ਕਿ ਕੋਈ ਵੀ ਆਪਣੇ ਇੱਥੇ ਲਾਗੇ ਚਾਗੇ ਕੋਈ ਵੀ ਦੁਕਾਨ 'ਤੇ ਨਾ ਦਿਓ, ਹੈ ਨਾ, ਮਤਲਬ ਕਿ ਯਾਰ ਖਰਾਬ ਕਰ ਦਿੰਦੇ ਆ, ਕੋਈ ਇੱਕ ਚੀਜ਼ ਪਵਾਈਏ ਅਤੇ ਵਿੱਚੋਂ 2 ਚੀਜ਼ਾਂ ਕੱਢ ਲੈਂਦੇ ਆ, ਮੇਰੇ ਨਾਲ ਵੀ ਕੁਛ ਇੱਦਾਂ ਦਾ ਹੀ ਹੋਇਆ, ਮੈਂ ਪਵਾਇਆ ਸੀਗਾ ਯਾਰ, ਇਹਦਾ ਚਾਰਜਿੰਗ ਵਾਲਾ ਇੱਕ ਪੱਤਾ ਹੁੰਦਾ, ਉਹ ਖਰਾਬ ਹੋ ਗਿਆ, ਉਹਨੂੰ ਚਾਰਜ ਨਹੀਂ ਲੱਗਦਾ, ਮੈਂ ਉਹ ਠੀਕ ਕਰਾਇਆ, ਤਾਂ ਉਹਨਾਂ ਨੇ ਕੀਤਾ ਕਿ ਵਿੱਚੋਂ ਇਹਦਾ ਕੈਮਰਾ ਜਿਹੜਾ ਨਾ ਸਟੇਬਲ ਨਹੀਂ ਹੈਗਾ, ਹੁਣ ਮਤਲਬ ਕਿ ਪਹਿਲਾਂ ਠੀਕ ਹੈਗਾ, ਜਦੋਂ ਮੈਂ ਚਾਰਜਿੰਗ ਵਾਲਾ ਪੱਤਾ ਪਵਾਇਆ ਨਾ, ਉਦੋਂ ਦਾ ਇਹਦਾ ਜਿਹੜਾ ਹੈਗਾ ਕੈਮਰਾ ਸ਼ੇਕ ਜ਼ਿਆਦਾ ਕਰਦਾ ਹੈ, ਠੀਕ ਹੈ, ਜਿਸ ਤਰ੍ਹਾਂ ਮਤਲਬ ਹੱਥ ਹਿੱਲਦਾ ਹੈ ਉਸ ਹਿਸਾਬ ਨਾਲ ਮਤਲਬ ਕਿ ਫੋਨ ਦਾ ਕੈਮਰਾ ਵੀ ਹਿੱਲਦਾ ਹੈ,
ਸੋ ਪਹਿਲਾਂ ਨਹੀਂ ਇੱਦਾਂ ਹੁੰਦਾ ਅਤੇ ਪਹਿਲਾਂ ਤਾਂ ਮੇਰੀ ਵੀਡੀਓ ਜਾ ਕੇ ਦੇਖ ਸਕਦੇ ਹੋ, ਚੈੱਕਆਊਟ ਕਰ ਸਕਦੇ ਹੋ ਪਹਿਲਾਂ ਕਿੰਨਾ ਸਟੇਬਲ ਕੈਮਰਾ ਅਤੇ ਹੁਣ ਦੀ ਅੱਜ ਦੀ ਵੀਡੀਓ ਤੇ ਚੈੱਕ ਕਰ ਸਕਦੇ ਹੋ ਪਹਿਲਾਂ ਦੀ ਕੋਈ ਵੀਡੀਓ ਹੈ ਨਾ, ਕੋਈ ਆਊਟਡੋਰ ਦੀ ਜਿਹੜੀ ਉਹ ਸ਼ੂਟ ਕੀਤੀ ਹੋਈ ਕਿੰਨਾ ਉਹਨੂੰ ਸ਼ੇਕ ਕਰਦਾ ਡਿਫਰੈਂਸ ਤੁਹਾਨੂੰ ਆਪਣੇ ਪਤਾ ਲੱਗ ਜਾਏਗਾ। ਬਾਕੀ ਇਹ ਵੀ ਹੁਣ ਪਵਾਉਣਾ ਛੇਤੀ ਪਵਾਵਾਂਗੇ, ਇਹ ਵੀ ਇਹਦੀ ਹੁੰਦੀ ਹੈ ਰੋਟੇਸ਼ਨ ਆਈ ਸੀ ਹੁੰਦੀ ਹੈ, ਉਹ ਆਈ ਸੀ ਜਿਹੜੀ ਆ ਖਰਾਬ ਆ, ਉਹ ਰੋਟੇਸ਼ਨ ਆਈ ਸੀ ਪੈਂਦੀ ਆ 350-400 ਦੀ, ਉਹ ਵੀ ਪਵਾਉਂਦੇ ਹਾਂ। ਇੱਕ ਵਾਰੀ ਮੇਰਾ ਪਾਣੀ ਦੇ ਵਿੱਚ ਪੈ ਗਿਆ ਹੈਗਾ ਇਹੋ ਹੀ ਫੋਨ, ਹੋ ਗਿਆ ਸਾਲ ਕੁ ਸਾਲ ਪਹਿਲਾਂ, ਗਰਮੀਆਂ ਦੇ ਦਿਨ ਹੀ ਇਹੋ ਹੀ ਦਿਨ ਸੀਗੇ, ਅਤੇ ਪਾਣੀ ਵਿੱਚ ਪੈਣ ਕਰਕੇ ਡਿਸਪਲੇ ਖਰਾਬ ਹੋ ਗਈ ਸੀ, ਡਿਸਪਲੇ ਟੱਚ ਫੋਲਡਰ ਬੈਟਰੀ ਸਭ ਕੁਛ ਨਵਾਂ ਪਿਆ ਅਤੇ ਇੱਕ ਵੋਲਿਊਮ ਡਾਊਨ ਵਾਲਾ ਬਟਨ ਖਰਾਬ ਹੈ, ਪਾਣੀ ਦੇ ਵਿੱਚ ਪੈਣ ਕਰਕੇ ਵੋਲਿਊਮ ਡਾਊਨ ਵਾਲਾ ਬਟਨ ਹੁਣ ਖਰਾਬ ਹੋ ਚੁੱਕਿਆ। ਮਤਲਬ ਕਿ ਆਈਫੋਨ ਆਉਣ ਤੋਂ ਪਹਿਲਾਂ ਮੇਰੇ ਕੋਲ ਕਿਹੜਾ ਫੋਨ ਹੁੰਦਾ ਇਹ ਵੀ ਦੱਸ ਦੇਣਾ, ਆਈਫੋਨ ਹੋਣ ਤੋਂ ਪਹਿਲਾਂ ਮੇਰੇ ਕੋਲ ਹੁੰਦਾ ਸੀਗਾ ਇੱਕ ਬਟਨਾਂ ਵਾਲਾ ਫੋਨ, ਉਹ ਹੋਣਾ ਕਿਤੇ 2014 ਦੀ ਗੱਲ ਹੋਣੀ ਹੈ, ਉਹ ਮੈਂ ਚਲਾਇਆ ਸਾਲ ਕੁ, ਫਿਰ ਮੇਰੇ ਕੋਲ ਇੱਕ ਹੋਰ ਆਇਆ 2015 ਦੇ ਵਿੱਚ ਬਟਨ ਵਾਲਾ ਫੋਨ, 24 ਘੰਟੇ ਚਾਰਜ ਲਾਈ ਰੱਖਦਾ ਅਤੇ ਮੰਮੀ ਨੇ ਗੁੱਸੇ ਥੱਲੇ ਸੁੱਟ ਕੇ ਮਾਰਿਆ ਖਿਲਾਰਦਾ, ਮੇਰੇ ਦਿਲ 'ਤੇ ਬੜੀ ਸੱਟ ਵੱਜੀ। ਫਿਰ ਉਹ ਵਾਲਾ ਫੋਨ ਵੀ ਗਿਆ ਅਤੇ ਫਿਰ ਮੈਂ ਮੰਗਵਾਇਆ ਸੀਗਾ ਚਾਚੇ ਕੋਲੋਂ ਬਾਹਰੋਂ ਫੋਨ ਮੰਗਵਾਇਆ ਸੀ, ਸੈਮਸੰਗ J7 Max, ਆਈਫੋਨ ਆਉਣ ਤੋਂ ਪਹਿਲਾਂ ਉਹ ਕੀ ਆਇਆ ਨਵਾਂ ਨਵਾਂ ਮੇਰੇ ਕੋਲ, ਮੈਂ ਮੇਰੇ ਖਿਆਲ ਨਾਲ ਚਲਾਇਆ ਹੋਣਾ 10-15 ਦਿਨ ਵੀ ਨਹੀਂ, ਮਤਲਬ ਮੰਨ 3 ਜਾਂ 4 ਦਿਨ ਚਲਾਇਆ ਸੀਗਾ। ਅਤੇ ਉਦੋਂ ਆਪਾਂ ਆਏ ਹਾਂ ਇੱਥੇ ਪੰਜਾਬ ਆਏ ਹਾਂ, ਛੁੱਟੀਆਂ ਪਈਆਂ ਸੀ ਦਿੱਲੀ ਤੋਂ ਪੰਜਾਬ ਆਏ ਆਪਾਂ, ਅਤੇ ਛੁੱਟੀਆਂ ਦੇ ਵਿੱਚ ਇੱਥੇ ਮੈਂ ਚਾਰਜ ਲਾਇਆ ਫੋਨ 'ਤੇ ਉੱਚੀ ਜਗ੍ਹਾ 'ਤੇ ਰੱਖਤਾ, ਅਤੇ ਉਹ ਇੱਕ ਨਿਆਣੇ ਨੇ ਆਣ ਕੇ ਅਤੇ ਥੱਲੇ ਹੱਥ ਮਾਰਤਾ, ਉਹ ਚਾਰਜਿੰਗ 'ਤੇ ਹੱਥ ਮਾਰਤਾ ਅਤੇ ਥੱਲੇ ਆਣ ਕੇ ਡਿੱਗ ਗਿਆ, ਮਤਲਬ ਕਿ ਸਕਰੀਨ ਫੋਲਡਰ ਟੁੱਟ ਗਿਆ, ਅਤੇ ਮਤਲਬ ਬਾਹਰ ਦਾ ਫੋਨ ਸੀਗਾ ਅਤੇ ਉਹਨੇ ਕੋਈ ਫਾਇਦਾ ਨਹੀਂ ਹੈਗਾ ਫੋਨ ਦਾ, ਅਤੇ ਤੁਸੀਂ ਨਾ ਪਵਾਓ ਅੰਮ੍ਰਿਤਸਰ ਵਿਖਾਇਆ ਸੀ, ਕਹਿੰਦੇ ਨਹੀਂ ਇਹ ਨਹੀਂ ਸਾਡੇ ਕੋਲ ਪੈਣਾ ਬਾਹਰ ਦਾ ਫੋਨ ਹੈ, ਇਹਦੀ ਸਕਰੀਨ ਸਾਡੇ ਕੋਲ ਇੱਥੋਂ ਨਹੀਂ ਅਵੇਲੇਬਲ ਹੈਗੀ ਇੰਡੀਆ ਦੇ ਵਿੱਚ। ਮੈਂ ਚਲੋ ਕੋਈ ਗੱਲ ਨਹੀਂ, ਫੋਨ ਦਾ ਇਤਰਾਂ ਹੀ ਚਲਾਈ ਜਾਓ, ਲੈਮੀਨੇਸ਼ਨ ਉਹਨੇ ਉੱਤੇ ਕਰਤੀ ਸੀਗੀ, ਲੈਮੀਨੇਸ਼ਨ ਉਹਨੇ ਉੱਪਰ ਕਰਤੀ, ਕਹਿੰਦੇ ਇਤਰਾਂ ਹੀ ਚਲਾਈ ਜਾਓ, ਮੈਂ ਠੀਕ ਹੈ ਇਤਰਾਂ ਹੀ ਚਲਾਈ ਜਾਂਦੇ ਹਾਂ, ਫਿਰ ਚਲਾਈ ਗਏ ਇਤਰਾਂ ਹੀ ਆਪਾਂ, ਅਤੇ ਉਹ ਚਲਾਇਆ ਮੈਂ ਘੱਟੋ ਘੱਟ 1.5-2 ਸਾਲ ਚਲਾਇਆ ਹੋਣਾ ਵਾ, ਹਾਂ 1.5-2 ਸਾਲ ਚਲਾਇਆ। ਫਿਰ ਉਸ ਤੋਂ ਬਾਅਦ ਮੇਰੇ ਕੋਲ ਆਇਆ ਇੰਟੈਕਸ ਦਾ, ਫਿਰ 2017 ਦੇ ਵਿੱਚ ਮੇਰੇ ਕੋਲ ਆਇਆ ਇੰਟੈਕਸ ਦਾ ਫੋਨ ਟੱਚ ਵਾਲਾ, ਲਿਆ ਤਾਂ ਯਾਰ ਜੀਓ ਦਾ ਜਿਹੜੇ ਟੱਚ ਵਾਲੇ ਫੋਨ ਚੱਲੇ ਨਾ ਉਹ ਲਿਆ ਸੀਗਾ, ਮਗਰ ਉਹਦੇ 'ਚ ਕੋਈ ਪ੍ਰੋਬਲਮ ਆਈ ਅਤੇ ਫਿਰ ਦੁਕਾਨ ਵਾਲੇ ਨੇ ਕਹਿੰਦੇ ਇੰਟੈਕਸ ਦਾ ਲੈ ਲਓ, ਜੀਓ ਦੇ ਫੋਨ ਨਾਲੋਂ ਬੇਕਾਰ ਇੰਟੈਕਸ ਦਾ ਫੋਨ ਆਇਆ, ਇੰਨਾ ਯਾਰ ਹੈਂਗ ਕਰਦਾ, ਇੰਨਾ ਕੁ ਫੋਨ ਹੀਗਾ ਜਿੰਨਾ ਕੁ iPhone 5S ਹੁੰਦਾ ਵਾ, ਅਤੇ ਫਿਰ ਉਹਦੇ ਨਾਲ ਗੁਜ਼ਾਰਾ ਕੀਤਾ ਸਾਲ ਕੁ, ਉਹ ਵੀ ਖਰਾਬ ਹੋਇਆ, ਫਿਰ ਲਿਆ iPhone 6 ਰੱਖਿਆ, ਫਿਰ iPhone ਲਿਆ ਇੰਟੈਕਸ ਤੋਂ ਬਾਅਦ, ਮਤਲਬ ਕਿੰਨੀ ਵੱਡੀ ਜਰਨੀ, ਪਹਿਲਾਂ ਬਟਨ ਵਾਲਾ ਫੋਨ, ਫਿਰ ਬਟਨ ਵਾਲਾ ਫੋਨ, ਫਿਰ ਸੈਮਸੰਗ ਦਾ, ਫਿਰ ਇੰਟੈਕਸ ਦਾ, ਅਤੇ ਫਿਰ 5ਵੇਂ ਨੰਬਰ ਦਿੰਦਾ iPhone 6, ਅਤੇ ਹੁਣ ਪਲੈਨਿੰਗ ਰਹੀ ਆ, ਪਰ ਮੈਨੂੰ ਮਤਲਬ ਕਿ ਮੈਨੂੰ ਭਰੋਸਾ ਨਹੀਂ ਕਿ ਮੈਨੂੰ iPhone ਮਿਲੂਗਾ, ਪਰ ਮਿਲ ਗਿਆ, ਅਤੇ ਅੱਜ ਉਹ iPhone ਮੈਂ ਸ਼ੂਟ ਲਿਆ ਕਰਨ iPhone 6 ਦੇ ਨਾਲ ਟ੍ਰਾਈਪੋਡ ਦੇ ਉੱਤੇ ਅਟਕਾ ਕੇ। ਓਵਰਆਲ ਯਾਰ ਜੇ ਵੇਖਿਆ ਜਾਏ ਤਾਂ ਜਦੋਂ ਮੈਂ ਵੀਡੀਓ ਐਡਿਟ ਕਰਕੇ ਪਾਉਂਦਾ ਵਾਂ VN App ਦੇ ਵਿੱਚ, ਅਤੇ ਉਦੋਂ ਕਦੀ ਕਦੀ ਰੈਂਡਰ ਕਰਦੇ ਹਾਂ ਟਾਈਮ ਜ਼ਿਆਦਾ ਵਕਤ ਲੈ ਜਾਂਦਾ ਵਾ, ਮਤਲਬ ਕਿ ਕੋਈ ਮਤਲਬ 10 ਮਿੰਟ ਦੀ ਵੀਡੀਓ ਹੁੰਦੀ ਆ ਅਤੇ ਉਹਨੂੰ ਰੈਂਡਰ ਕਰਦੇ 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 ਇਹਨੂੰ ਲੱਗ ਜਾਂਦਾ ਵਾ ਘੱਟੋ ਘੱਟ 1.5-2 ਘੰਟੇ ਲੱਗ ਜਾਂਦੇ ਆ ਰੈਂਡਰਿੰਗ ਹੁੰਦੇ ਟਾਈਮ। ਸੋ ਇਸ ਮਾਮਲੇ ਦੇ ਵਿੱਚ ਸਲੋ ਆ, ਮਤਲਬ ਹੈਂਗ ਨਹੀਂ ਹੁੰਦਾ, ਜੇ ਤੁਸੀਂ ਕਹੋ ਕਿ iPhone 6 ਹੈਂਗ ਹੁੰਦਾ, ਮੇਰੇ ਕੋਲ 5S ਵੀ ਪਿਆ ਵਾ, ਉਹ ਵੀ ਹੈਂਗ ਨਹੀਂ ਹੁੰਦਾ, ਅਤੇ ਮਤਲਬ ਕਿ ਬਸ ਇਹੋ ਹੀ ਸਟੇਬਲਾਈਜੇਸ਼ਨ ਦੀ ਪ੍ਰੋਬਲਮ ਆ, ਬਾਕੀ ਹੋਰ ਓਵਰਆਲ ਠੀਕ ਆ ਫੋਨ, ਅਤੇ ਵੋਲਿੰਗ ਡਾਊਨ ਦਿੱਕਤ। ਪਿੱਛੇ ਦਿਨ ਮੈਂ ਬੜਾ ਸੋਚਿਆ ਕਿ iPhone 6S ਲੈਂਦੇ ਨਵਾਂ, ਮਗਰ ਜੋਰਜੀਆ ਨਹੀਂ ਪੈਸ ਕਰਕੇ ਨਹੀਂ ਲੈ ਪਾਇਆ ਮੈਂ, ਮਤਲਬ ਕਿ ਮੈਂ ਸੋਚਣ ਲਿਆ ਕਿ ਇਹ ਵੀ ਵੀਡੀਓ ਬਣਾਈ ਹੈ iPhone 6 ਜਰਨੀ ਦੀ। ਸੋ ਸੋਚਦੇ ਸੋਚਦੇ ਮੈਨੂੰ ਘੱਟੋ ਘੱਟ 2-3 ਹਫ਼ਤੇ ਹੋ ਗਏ, ਮਤਲਬ ਮਹੀਨਾ ਹੀ ਹੋ ਗਿਆ ਮੈਨੂੰ ਸੋਚਦੇ ਕਿ iPhone 6 ਦੀ ਜਰਨੀ ਦੇ ਉੱਤੇ ਕੋਈ ਵੀਡੀਓ ਬਣਾਈਏ, ਹੈ ਨਾ, ਮਤਲਬ ਕਿ ਜਿਹੜਾ ਸਾਨੂੰ ਜਿਹਨੇ ਮੈਨੂੰ ਮੇਰਾ ਇੰਨਾ ਸਾਥ ਦਿੱਤਾ ਉਹਦੇ ਉੱਤੇ ਵੀ ਯਾਰ ਕੋਈ ਵੀਡੀਓ ਹੋਣੀ ਚਾਹੀਦੀ ਹੈ ਨਾ। ਸੋ ਮਹੀਨੇ ਬਾਅਦ ਫਾਈਨਲੀ ਵੀਡੀਓ ਮੈਂ ਬਣਾ ਦਿੱਤੀ ਹੈ, ਘਰ ਕੋਈ ਨਹੀਂ ਹੈਗਾ ਇਸ ਕਰਕੇ ਜੀ ਕੀਤਾ ਕਿ ਯਾਰ ਵਿਹਲਾ ਬੈਠਾ ਵੀਡੀਓ ਬਣਾ ਲਈਏ 18 ਵਜੇ ਸਪਿੰਡਰ। ਬਾਕੀ ਇਹੋ ਹੀ ਕਿ ਯਾਰ ਅੱਜ ਛੋਟੀ ਜਿਹੀ ਵੀਡੀਓ, ਬਾਕੀ ਇਹ ਵੀ ਵੀਡੀਓ ਨੈਟ ਕਰਦੇ ਆ, ਯਾਰ ਵਧੀਆ ਵਧੀਆ ਵੀਡੀਓਜ਼ ਵੇਖਣ ਲਈ, ਪੰਜਾਬੀ ਵੀਡੀਓਜ਼ ਵੇਖਣ ਲਈ, ਵਲੌਗਸ ਵੇਖਣ ਲਈ ਚੈਨਲ ਸਬਸਕ੍ਰਾਈਬ ਕਰ ਦਿਓ, ਰੈਡ ਕਲਰ ਦਾ ਬਟਨ ਆ ਅਤੇ ਨੋਟੀਫਿਕੇਸ਼ਨ ਬੈਲ ਨੂੰ ਟੈਪ ਕਰ ਦਿਓ ਤਾਂ ਕਿ ਜਦੋਂ ਮੇਰੀ ਲੇਟੈਸਟ ਵੀਡੀਓ ਤੁਹਾਨੂੰ ਪਤਾ ਲੱਗ ਜਾਏ। ਸੋ ਮਿਲਦੇ ਹਾਂ ਜਲਦੀ ਨੈਕਸਟ ਵਲੌਗ ਵੀਡੀਓ ਦੇ ਵਿੱਚ, ਟਿਲ ਦੈਨ ਗਾਈਜ਼ ਬਾਏ।